ਜੀ ਬਿਲਕੁਲ, ਜੋ ਪਟਿਆਲੇ ਅੰਦਰ ਇਹ ਘਟਨਾ ਘਟੀ ਜਿਸ ਦੇ ਉੱਤੇ ਪੁਲਿਸ ਤੇ ਹਮਲਾ ਕੀਤਾ ਗਿਆ ਔਰ ਇਸ ਦੌਰਾਨ ਪੁਲਿਸ ਦਾ ਨੁਕਸਾਨ ਵੀ ਹੋਇਆ, ਅਸੀਂ ਇਹਦੀ ਬਹੁਤ ਸਖ਼ਤ ਸ਼ਬਦਾਂ ਚ ਨਿਖੇਧੀ ਕਰਦੇ ਹਾਂ। ਕਿਸੇ ਨੂੰ ਵੀ ਕਾਨੂੰਨ ਨੂੰ ਆਪਣੇ ਹੱਥ ਲੈਣ ਦਾ ਅਧਿਕਾਰ ਨਹੀਂ ਹੈਗਾ ਔਰ ਖਾਸ ਤੌਰ ਤੇ ਜੋ ਇਸ ਵੇਲੇ ਇਹ ਬਹੁਤ ਵਿਪਤਾ ਦੀ ਘੜੀ ਹੈ, ਸਾਨੂੰ ਇਕਜੁੱਟ ਹੋ ਕੇ ਮਿਲਕਰ ਕਾਨੂੰਨ ਨੂੰ ਦਾ ਸਾਥ ਦੇਣਾ ਚਾਹੀਦਾ ਔਰ ਇਸ ਲੜਾਈ ਚੋਂ ਨਿਕਲਣ ਵਾਸਤੇ ਕੰਮ ਕਰਨਾ ਚਾਹੀਦਾ। ਜਿੱਥੇ ਮੈਂ ਸਖ਼ਤ ਸ਼ਬਦਾਂ ਚ ਨਿੰਦਾ ਕਰਦਾ, ਉੱਥੇ ਮੈਂ ਇਹ ਵੀ ਬੇਨਤੀ ਕਰਨਾ ਚਾਹੁੰਦਾ, ਇਹਨੂੰ ਕਿਸੇ ਧਰਮ ਨਾਲ ਜੋੜ ਕੇ ਨਾ ਦੇਖਿਆ ਜਾਵੇ, ਕਿਉਂਕਿ ਇੰਡੀਵਿਜੁਅਲ ਲੋਕਾਂ ਵੱਲੋਂ ਕੀਤਾ ਗਿਆ ਕੰਮ ਆ, ਨਾ ਕਿ ਕਿਸੇ ਧਰਮ ਵੱਲੋਂ ਕੀਤਾ ਗਿਆ ਕੰਮ ਆ। ਅਸੀਂ ਇਹਦੀ ਨਿੰਦਾ ਵੀ ਕਰਦੇ ਔਰ ਇਹ ਵੀ ਬੇਨਤੀ ਕਰਦੇ ਕਿ ਸਾਡੇ ਧਰਮ ਨਾਲ ਜੋੜ ਕੇ ਇਹਨੂੰ ਨਾ ਦੇਖਿਆ ਜਾਵੇ।